ਪੰਜਾਬ 'ਚ ਅੰਤਵਾਦ ਦੇ ਕਾਲੇ ਦੌਰ ਦੌਰਾਨ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਅਮਰ ਸ਼ਹੀਦ ਰਾਧੇ ਸ਼ਾਮ ਮਲਹੋਤਰਾ ਦੀ 30ਵੀਂ ਬਰਸੀ ਦੇ ਸਮਾਗਮ ਮੌਕੇ ਵਿਭਿੰਨ ਰਾਜਨੀਤਿਕ ਤੇ ਸਮਾਜਿਕ ਸੰਗਠਨਾਂ ਵੱਲੋਂ ਸ਼ਹੀਦ ਨੂੰ ਨਮਨ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ MP ਰਵਨੀਤ ਸਿੰਘ ਬਿੱਟੂ ਨੇ ਜਿੱਥੇ ਪੰਜਾਬ 'ਚ ਅਮਨ ਸ਼ਾਂਤੀ ਲਈ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਦੱਸਿਆ, ਉੱਥੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਕਾਲੇ ਦੌਰ 'ਚ ਦੁਬਾਰਾ ਚੌਂਕਣ ਦੀ ਕੋਸ਼ਿਸ਼ਾਂ 'ਚ ਜੁੜੇ ਆਤੰਕਵਾਦੀਆਂ ਨੂੰ ਅਲਗਾਵਾਦੀਆਂ ਨੂੰ ਕਰਾਰਾ ਜਵਾਬ ਦਿੱਤਾ ਜਾਵੇ ਤੇ ਨਾਲ ਹੀ ਡੇਰਾ ਮੁਖੀ ਦੇ ਫੈਸਲੇ ਸੰਬੰਧੀ ਉਹਨਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕ ਸਮਾਨ ਹੈ ਤੇ ਕਾਨੂੰਨ 'ਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਜਦੋਂ ਕਾਲਾ ਸਮਾਂ ਸੀ ਪੰਜਾਬ 'ਚ, ਕਾਲਾ ਦੌਰ ਸੀ ਅੱਤਵਾਦ ਦਾ, ਅਤੇ ਅੱਜ ਖਾਸ ਤੌਰ 'ਤੇ ਰਾਧਾ ਸ਼ਾਮ ਜੀ ਦੇ ਅਸੀਂ ਉਹਨਾਂ ਨੂੰ ਅੱਜ ਯਾਦ ਕਰ ਰਹੇ ਹਾਂ, ਅੱਜ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰ ਰਹੇ ਹਾਂ। ਇਹ ਉਸ ਵੇਲੇ ਦੇ ਲੋਕ ਹੀ ਸਮਝ ਸਕਦੇ ਆ ਵੀ ਕਿਸ ਤਰੀਕੇ ਨਾਲ ਇਹ ਲੋਕਾਂ ਨੇ ਕੁਰਬਾਨੀਆਂ ਦੇ ਕੇ ਪੰਜਾਬ ਨੂੰ ਆਪਣੇ ਉਸ ਕਾਲੇ ਦੌਰ 'ਚੋਂ ਕੱਢਿਆ। ਪਰ ਅੱਜ ਲੋਕ ਫਿਰ ਭੁੱਲ ਜਾਂਦੇ ਆ, ਅੱਜ ਫਿਰ ਕਦੇ ਨਾ ਕਦੇ ਐਸਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਨੂੰ ਚਿੰਗਿਆਰੀ ਲੱਗ ਜੇ। ਪਰ ਇਹ ਨਹੀਂ ਲੋਕਾਂ ਨੂੰ ਪਤਾ ਜਿਹੜੇ ਇਹੋ ਜਿਹੀਆਂ ਸ਼ਰਾਰਤਾਂ ਕਰਦੇ ਆ ਵੀ ਇਹ ਹਜ਼ਾਰਾਂ ਜਾਨਾਂ ਕੁਰਬਾਨਾਂ ਦੇ ਕੇ ਸ਼ਾਂਤੀ ਲਈ ਗਈ ਆ। ਹਮੇ ਆਪਣੇ ਨਿਆਂ ਪ੍ਰਣਾਲੀ ਪੇ, ਆਪਣੇ ਕੋਰਟ ਪੇ ਭਰੋਸਾ, ਆਪਣੀ ਜੁਡੀਸ਼ਰੀ ਪੇ ਭਰੋਸਾ ਰੱਖਣਾ ਚਾਹੀਏ। ਔਰ ਉਹ ਜੋ ਫੈਸਲਾ ਕਰੇਗੀ ਉਹ ਮਾਨਨੀਏ ਹੋਣਾ ਚਾਹੀਏ ਸਭ ਕੋ। ਤੋ ਲੋਕੋਂ ਕੋ ਯਹੀ ਅਪੀਲ ਹੈ, ਬਹੁਤ ਬੜੀ ਏਜੰਸੀਆਂ ਲਗੀ ਹੋਈ ਹੈ ਇਸ ਚੀਜ਼ ਕੇ ਉੱਪਰ, ਬਹੁਤ ਲੋਕ ਲਗੇ ਹੋਏ ਇਸਕੇ ਉੱਪਰ ਜੋ ਚਾਹਤੇ ਹੈ ਵੀ ਕਿਸੀ ਨਾ ਕਿਸੀ ਤਰੀਕੇ ਨਾਲ ਹਾਲਾਤ ਖਰਾਬ ਹੋਂ। ਪਰ ਸਾਰੇ ਪੰਜਾਬੀਓਂ ਕੋ, ਖਾਸ ਤੌਰ ਪਰ ਪੰਜਾਬੀਓਂ ਕੋ ਅਪੀਲ ਕਰਤਾ ਹੂੰ ਵੀ ਹਮੇ ਪੰਜਾਬ ਕੀ ਸ਼ਾਂਤੀ ਬਣਾ ਕੇ ਰੱਖਣੀ ਹੈ। ਜੋ ਲੋਕ ਪੰਜਾਬ ਕੋ ਕਿਸੀ ਨਾ ਕਿਸੀ ਤਰੀਕੇ ਸੇ ਡਿਸਟਰਬ ਕਰਨਾ ਚਾਹਤੇ ਹੈ, ਉਨਕੀ ਯੇ ਸ਼ਰਾਰਤ ਹੈ ਜੋ, ਵੋ ਹਮੇ ਕਾਮਯਾਬ ਨਹੀਂ ਹੋਣੀ। ਜਾਗਤੀ ਲਹਿਰ ਲਈ ਲੁਧਿਆਣਾ ਤੋਂ ਬਲਰਾਜ ਖੰਨਾ ਦੀ ਰਿਪੋਰਟ।